ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਪਹਿਲਾ ਵਲੌਗ ਬਣਾਉਣ ਲੱਗੇ ਹਾਂ ਬਹੁਤ ਦਿਨਾਂ ਬਾਅਦ ਵੀਡੀਓ ਪਾਉਣ ਲੱਗੇ ਹਾਂ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਵਿੱਚ ਤੇ ਅੱਜ ਪਹਿਲਾ ਵਲੌਗ ਆ ਥੰਬਨੇਲ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਵੀ ਕਿੱਥੇ ਚੱਲੇ ਅਸੀਂ ਅੱਜ ਜਗਰਾਓਂ ਤੋਂ ਮਣੀਕਰਨ ਸਾਹਿਬ ਦਾ ਟੂਰ ਕੱਢਿਆ ਵਾ ਤੇ ਉੱਥੇ ਜਾ ਕੇ ਮੱਥਾ ਟੇਕਾਂਗੇ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਹਲੇ ਤੱਕ ਫੁੱਲ ਸਕਰੀਨ ਨਹੀਂ ਕੀਤੀ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਏਦਾਂ ਹੀ ਮਜ਼ਾਕ ਚੱਲਦਾ ਰਹਿਣਾ ਵਾ ਜੇ ਫੁੱਲ ਸਕਰੀਨ ਕਰ ਲਈ ਆ ਤਾਂ ਪਹਿਲਾਂ ਸਭ ਤੋਂ ਪਹਿਲਾਂ ਬੈਕ ਬਟਨ ਨੱਪੋ ਨਾਲ ਹੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜ਼ਿਆਦਾ ਤੋਂ ਜ਼ਿਆਦਾ ਕਰ ਦਿਓ 6000 ਟੈਂਕੀਆਂ ਫੁੱਲ ਕਰਾ ਲਈਆਂ ਆ ਖੜੀਆਂ ਤਿੰਨ ਸਪੋਰਟਸ ਬਾਈਕ ਲੈ ਕੇ ਆਉਂਦੀਆਂ ਸੀ ਅੱਜ ਤੇ ਉੱਦਾਂ ਹੀ ਬਾਡੀਆਂ ਹੀ ਏਦਾਂ ਵਾ ਇਹਨਾਂ ਦੀਆਂ ਤੇ ਹਵਾ ਕਰਾਉਣ ਲੱਗੇ ਆ ਚੈੱਕ ਕਰਦੇ 40 ਕਰਦੇ 40 ਕਰਾ ਲਈਏ ਬਾਹਲੀ ਨਾ ਭਰੀ ਬਾਈ ਗਰਮ ਹੋ ਜਾਂਦੇ ਟਾਇਰ ਹਨਾ ਆਹ ਸਾਹਮਣੇ ਹੈਗਾ ਫਿਰੋਜ਼ਪੁਰ ਰੋਡ ਇਧਰਲੇ ਪਾਸੇ ਹੈਗਾ ਜਗਰਾਓਂ ਮੋਗਾ ਸਾਡਾ ਘਰ ਤੇ ਹੁਣ ਆਪਾਂ ਜਾਣਾ ਇੱਧਰ ਲੁਧਿਆਣਾ ਇੱਧਰਲੇ ਪਾਸੇ ਤੇ ਇੱਥੋਂ ਹੁਣ ਆਪਾਂ ਸਟਾਰਟ ਕਰਾਂਗੇ ਜਰਨੀ ਅਨੰਦਪੁਰ ਸਾਹਿਬ ਦੀ ਲਓ ਜੀ ਝੰਡੀਆਂ ਲੈਂਦੀਆਂ ਦਿਖਾ ਬਈ ਇੱਧਰ ਦੇਖ ਤੇਗ ਫਤਿਹ ਪੰਥ ਕੀ ਜੀਤ ਇੱਥੋਂ ਲਈਆਂ ਟੈਂਕੂ ਜਰਨਲ ਸਟੋਰ ਰਾਜ ਕਰੇਗਾ ਖਾਲਸਾ ਮੁੱਲਾਪੁਰ ਪਹੁੰਚ ਗਏ ਹਾਂ ਆਹ ਮੁੱਲਾਪੁਰ ਦੇ ਵਿੱਚ ਖੜੇ ਹਾਂ ਅਤੇ ਇੱਥੋਂ ਹੁਣ ਮੋਟਰਸਾਈਕਲਾਂ ਦੇ ਝੰਡੇ ਲਾਵਾਂਗੇ ਇੱਥੋਂ ਬਾਅਦ ਫਿਰ ਲੁਧਿਆਣੇ ਵੱਲ ਨੂੰ ਚਾਲੇ ਪਾਵਾਂਗੇ A few inches later. ਲਓ ਜੀ ਚਮਕੌਰ ਸਾਹਿਬ ਪਹੁੰਚ ਚੁੱਕੇ ਹਾਂ ਅਤੇ ਰਾਹ ਦੇ ਵਿੱਚ ਥੋੜ੍ਹਾ ਪਲੈਨ ਬਦਲ ਲਿਆ ਸੀਗਾ 90 ਕਿਲੋਮੀਟਰ ਤੋਂ ਬਾਅਦ ਹੁਣ ਚਮਕੌਰ ਸਾਹਿਬ ਰੁਕਾਂਗੇ ਉਹ ਤੋਂ ਬਾਅਦ ਫਿਰ ਅੱਗੇ 90 ਕਿਲੋਮੀਟਰ ਦਾ ਅੱਗੇ ਸਫ਼ਰ ਆ ਉਦੋਂ ਅੱਗੇ ਬਾਅਦ ਚਾਲੇ ਪਾਵਾਂਗੇ ਇੱਥੇ ਰੁਕਾਂਗੇ ਪਾਣੀ ਪੂਣੀ ਪੀ ਕੇ ਮੱਥਾ ਟੇਕ ਕੇ ਫਿਰ ਅੱਗੇ ਜਾਵਾਂਗੇ ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਲਓ ਜੀ ਚਮਕੌਰ ਸਾਹਿਬ ਤੋਂ ਹੁਣ ਜਾਣ ਲੱਗੇ ਅਨੰਦਪੁਰ ਸਾਹਿਬ ਅੱਗੇ ਹੈਗਾ 54 ਕਿਲੋਮੀਟਰ ਅੱਗੇ ਰਹਿ ਗਿਆ ਅਨੰਦਪੁਰ ਸਾਹਿਬ ਪਾਵਰ ਰੋਲਾ ਬਣਾ ਲੈਣਾ ਨਾਈਟਰੋ ਛੱਡਣ ਲੱਗਿਆ ਮੋਟਰਸਾਈਕਲ ਦੀ ਲਓ ਜੀ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਦੇਖੋ ਹਲੇ ਵੀ ਫੁੱਲ ਹੀ ਪਈ ਆ ਟੈਂਕੀ ਲੈ ਕਿਉਂਕਿ ਇੱਧਰ ਇੱਧਰ ਵੀ ਫੁੱਲ ਹੀ ਪਈਆਂ ਆਪਾਂ ਨਾਈਟਰੋ ਤਾਂ ਚਲਾਇਆ ਯਾਰ ਸਾਰੇ ਰਾਹ ਨਾਈਟਰੋ ਤਾਂ ਚਲਾ ਕੇ ਆਏ ਆ ਤੇਲ ਕੀ ਖਾਣਾ ਸੀਗਾ ਮਾਰੋ ਮੁਝੇ ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਬਸ ਕਿੰਨੇ ਟਾਈਮ ਚ ਪਹੁੰਚ ਗਏ ਆਪਾਂ
3 ਘੰਟੇ ਲੱਗੇ ਆ ਇੱਥੋਂ ਜਗਰਾਉਂ ਤੋਂ ਪੂਰੇ 3 ਘੰਟਿਆਂ ਦੇ ਵਿੱਚ ਜਗਰਾਉਂ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਡੇ 2 ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ 3 ਵੱਜ ਚੁੱਕੇ ਆ ਸਵੇਰ ਦੇ ਅਤੇ ਕੱਲ੍ਹ ਅਸੀਂ 10 ਵਜੇ ਪਹੁੰਚ ਗਏ ਸੀਗੇ ਅਨੰਦਪੁਰ ਸਾਹਿਬ ਅਤੇ ਆ ਕੇ ਇੱਥੇ ਆ ਕੇ ਅਸੀਂ ਆਰਾਮ ਕੀਤਾ ਇੱਥੇ ਆ ਕੇ ਅਤੇ ਕੱਲ੍ਹ ਅਸੀਂ ਕਿਤੇ ਗਏ ਨਹੀਂ ਹੈਗੇ ਇਸ ਕਰਕੇ ਕੱਲ੍ਹ ਅੱਜ ਅਸੀਂ ਮਨੀਕਰਨ ਦੀ ਯਾਤਰਾ ਸ਼ੁਰੂ ਕਰਨੀ ਸੀ ਇਸ ਕਰਕੇ ਅਸੀਂ 10 ਵਜੇ ਆ ਕੇ ਇੱਥੇ ਪੈ ਗਏ ਅਤੇ ਹੁਣ ਅਸੀਂ 3 ਵਜੇ ਉੱਠ ਕੇ ਪਹਿਲਾਂ ਦਰਬਾਰ ਸਾਹਿਬ ਜਾਵਾਂਗੇ ਅਤੇ ਤੁਹਾਡੇ ਵੀ ਦਰਸ਼ਨ ਕਰਾਵਾਂਗੇ ਦਰਬਾਰ ਸਾਹਿਬ ਦੇ 13 ਅਪ੍ਰੈਲ 2022 ਅੱਜ ਬਹੁਤ ਹੀ ਇਤਿਹਾਸਕ ਦਿਨ ਆ ਅੱਜ ਵਿਸਾਖੀ ਦਾ ਦਿਨ ਆ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 50 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅੱਜ ਦੇ ਦਿਨ ਅਤੇ ਅੱਜ ਦੇ ਦਿਨ ਅਸੀਂ ਇੱਥੇ ਪਹੁੰਚੇ ਹਾਂ ਪਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਸਾਡਾ ਵੀ ਹੌਸਲਾ ਹੋ ਜਾਂਦਾ ਵੀ ਅਸੀਂ ਵੀ ਹੋਰ ਨਵੀਆਂ ਵੀਡੀਓ ਲੈ ਕੇ ਆਈਏ ਸਾਡੇ ਐਕਸਪੀਰੀਅੰਸ ਤੋਂ ਤੁਹਾਨੂੰ ਵੀ ਪਤਾ ਲੱਗ ਜਾਂਦਾ ਵੀ ਕੀ ਹੈਗਾ ਇੱਥੇ ਅਤੇ ਵੈਸੇ ਤੁਹਾਨੂੰ ਮੈਂ ਰਿਕਮੈਂਡ ਕਰਦਾ ਵੀ ਤੁਸੀਂ ਜਿਹੜਾ ਇਤਿਹਾਸਿਕ ਦਿਨ ਹੁੰਦਾ ਇਸ ਦਿਨ ਨਾ ਹੀ ਆਓ ਕਿਉਂਕਿ ਇੱਥੇ ਕਮਰਿਆਂ ਦੀ ਬਹੁਤ ਸ਼ੋਰਟੇਜ ਆ ਸਾਡਾ ਜਾਣ ਪਛਾਣ ਸੀਗੀ ਸਾਨੂੰ ਕਮਰਾ ਮਿਲ ਗਿਆ ਉਹ ਵੀ 11,000 ਵੋਲਟ ਵਾਲਾ ਸਾਡੇ ਜਾਣ ਪਛਾਣ ਦੇ ਬੰਦੇ ਸੀਗੇ ਇੱਥੇ ਤਾਂ ਕਰਕੇ ਕਮਰਾ ਮਿਲ ਗਿਆ ਸੀਗਾ ਸਾਨੂੰ ਜੇ ਤੁਸੀਂ ਵੀ ਆਉਣਾ ਚਾਹੁੰਦੇ ਹੋ 1500 ਦੇ ਬਾਹਰ ਕਮਰੇ ਮਿਲਦੇ ਆ ਤਾਂ ਤੁਸੀਂ ਸਾਡਾ ਐਂ ਸੀਗਾ ਵੀ ਅਸੀਂ ਘੱਟ ਤੋਂ ਘੱਟ ਬਜਟ ਦੇ ਵਿੱਚ ਪੂਰੀ ਯਾਤਰਾ ਕਰੀਏ ਅਤੇ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹੋ ਲਾਸਟ ਤੱਕ ਤੁਹਾਨੂੰ ਬਜਟ ਵੀ ਦੱਸਾਂਗੇ ਸਾਡਾ ਕਿੰਨੇ ਪੈਸੇ ਲੱਗੇ ਅਤੇ ਇੱਦਾਂ ਹੀ ਲਾਸਟ ਤੱਕ ਸਾਡੇ ਨਾਲ ਬਣੇ ਰਹੋ ਹੁਣ ਅਸੀਂ ਮਨੀਕਰਨ ਦੀ ਜਿਹੜੀ ਯਾਤਰਾ ਇੱਥੋਂ ਯਾਤਰਾ ਸਟਾਰਟ ਕਰਾਂਗੇ ਮਨੀਕਰਨ ਸਾਹਿਬ ਦੀ ਲਓ ਜੀ ਮੋਟਰਸਾਈਕਲ ਸਟਾਰਟ ਕਰ ਲਏ ਆ ਸਾਡੇ ਸੁਪਰ ਬਾਈਕ ਸਪੋਰਟਸ ਬਾਈਕ ਸਾਡੇ ਸਟਾਰਟ ਕਰ ਲਏ ਅਤੇ ਇੱਥੋਂ ਅਸੀਂ ਯਾਤਰਾ ਸਟਾਰਟ ਕਰਾਂਗੇ ਹਲੇ ਗਰਮ ਕਰ ਰਹੇ ਹਾਂ 5-10 ਮਿੰਟ ਇੱਦਾਂ ਹੀ ਗਰਮ ਮੋਟਰਸਾਈਕਲ ਕਰਾਂਗੇ ਫਿਰ ਅੱਗੇ ਚੱਲਾਂਗੇ ਲਓ ਜੀ ਮੀਂਹ ਪੈਣ ਲੱਗ ਗਿਆ ਰਾਹ ਦੇ ਵਿੱਚ ਰੁਕੇ ਹੋਏ ਆ ਇਹਦੇ ਜਮਾਂ ਹੀ ਨਹੀਂ ਪਤਾ ਲੱਗਦਾ ਧੁੱਪ ਦੇਖੋ ਕਿੰਨੀ ਆ ਵਿਆਹ ਹੁੰਦਾ ਪਿਆ ਵਾ ਹਾਂ ਗਿੱਦੜ ਗਿੱਦੜ ਮੀਂਹ ਬਹੁਤ ਤੇਜ਼ ਆ ਪਰ ਰਾਸਤੇ ਦੇ ਵਿੱਚ ਧੁੱਪ ਦੇਖੋ ਕਿੰਨੀ ਆ ਮੀਂਹ ਪੂਰਾ ਫੁੱਲ ਆ ਸਹੀ ਗੱਲ ਆ ਦੇਖ ਕੇ ਆਇਆ ਕਰੋ ਭੰਡੇ ਹੋ ਜਾਂਦੇ ਆ ਕਈ ਵਾਰੀ ਜੀ ਮੰਡੀ ਪਹੁੰਚ ਚੁੱਕੇ ਹਾਂ ਸਵੇਰ ਦੇ 3 ਵਜੇ ਤੋਂ ਤੁਰੇ ਹੋਏ ਹਾਂ 150 ਕਿਲੋਮੀਟਰ ਇਹ ਹੈਗਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ
उसको डेरा खुश ते कृपा गुरु नानक ने कीती सी। ते इत्थे रुके सीगे हुण अद्धा घंटा रेस्ट कीती ते लंगर छकिया। इत्थों हुण अगे जावांगे 90 किलोमीटर अगे 90 किलोमीटर होर पिया हले। इत्थे रेस्ट करके अगे 90 किलोमीटर फिर जावांगे। कोट दे यार मेरा घरों लैके नहीं आया हुण मेरा चक्के वाला वे लो आपदी जी ले चेक करके नाल लैके तुरे सारा कुछ। असि देखा सीगा वेदर फोरकास्ट देखी सी इथे मीह दस्या होया सीगा तुसी भी चेक करके तुरे हो सारा कुछ। असि भी चेक करके तुरे सी असि रेनकोट नाल लैके आए आ सारे सारे जने सारा कोल रेनकोट है गया। एक बंदे कोल है नहीं गा आपदा पूरा कैंड फोन लेके आयो ते तुसी ए ना कहो भी एना माड़ी जे फोन चाहिए फोटो खिची साडे चैनल नु सब्सक्राइब करो जेदा ना वधिया फोन लेके आयो। हां सही गल है भाई सब तो पहला चैनल नु सब्सक्राइब कर दो जे किछे नु चंगा लग्या ता इस नु तुसी वध तो वध 6000 करना ते जिने हजे तक चैनल नु सब्सक्राइब नहीं कीता मूहरले बंदे बैठे हुंदे आ बस ओही नजारा लै सकदे आ मूहरे पहाड़ा दा ते पिछले आलिया नूं तां इधर शीशे दे साइड ते पत्थर ही देखदे रहिंदे आ। पिछले आला तां बस शौक ही जांदे ने शौक ही जांदे आ पिछले आलिया नूं सिर्फ जे किसे नूं पहाड़ां बारे कोई नॉलेज चाहीदी आ तां साडे संधी साहब तों लै सकदा क्योंकि इहने पूरी नॉलेज प्राप्त कीती हुई आ ते पिछले बंदिआं नूं तां सिर्फ बर्नट ही देखदा रहिंदा मूहरला। जे लैके आउणी आ हैना वी लैके आउणी आ गड्डी महंगी लैके आओ जे सनरूफ वाली। लो जी गुरुद्वारे तों निकल गए मंडी शहर का गुरुद्वारा आ स्कूल इधर आ जवाक फिरदे ने गुरु गोबिंद रिसेस होई आ ना वी और रिसेस नहीं है प्रेयर हुंदी आ ओए होए दा हले दा 9 ही बजे आ ना सवेर दे मैं कहनी दोपहर होई फिरदी हले पीटी होण लगी आ। लो जी मंडी गुरुद्वारा साहिब तो निकल चुके आ। ये गुरुद्वारा मणिकरण साहब नूं आपां जांदे आ जदों बिल्कुल ही रोड के उपर है तुहानूं कि इधर उधर जाने की लोड़ नहीं जो आप मणिकरण साहब नूं जांदे आ रोड के उपर ही दिख जाता है गुरुद्वारा। पांडो डैम पहुँच चुके हैं जी। तो जिहड़े वीर सरकारी पेपर की तैयारी करते वो नोट कर लैन पांडो डैम ब्यास नदी के उपर है पिछले पंजाब पुलिस के पेपर विच भी आ चुका है। इधर देखो किन्ना नजारा पहाड़ कैमरे दे विच नहीं खिंचे दिंदे हैगे जिन्ने अक्खां च दिंदे आ कैमरे इहनां नूं पता मैं थोड़ा वाइड लेंस ला के दिखाउणा तुहानूं वाइड लेंस आ वाइड लेंस नाल कीता होया देखो किन्ने उच्चे उच्चे पहाड़
ਇੱਥੋਂ ਵਸ ਰਿਹਾ 30 ਕਿਲੋਮੀਟਰ ਰਹਿ ਗਿਆ ਮਨੀਕਰਨ ਸਾਹਿਬ। ਟਾਈਮ ਲੈਪਸ ਲਾ ਲੈਣੇ ਇੱਥੇ ਨਾ। ਅਗਲਾ ਰਸਤਾ ਟਾਈਮ ਲੈਪਸ ਨਾਲ ਦੇਖੋ ਤੁਸੀਂ। A few moments later. ਮਨੀਕਰਨ ਸਾਹਿਬ ਪਹੁੰਚ ਚੁੱਕੇ ਹਾਂ। ਪੂਰੇ 12:13 ਹੋ ਚੁੱਕੇ ਆ ਅਤੇ ਕੀਰਤਪੁਰ ਸਾਹਿਬ ਤੋਂ ਪੂਰੇ 8 ਘੰਟੇ ਲੱਗੇ ਸਾਨੂੰ ਆਉਣ ਦੇ ਵਿੱਚ। ਅਤੇ ਹੁਣ ਅਸੀਂ ਇੱਥੇ ਕਮਰਾ ਲਵਾਂਗੇ, ਕਮਰੇ ਦੇ ਵਿੱਚ ਆਰਾਮ ਕਰਕੇ ਫਿਰ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂਗੇ। ਸੇਵਕ ਦਰ ਆਇਆ ਖਾਲੀ ਮੋੜੀ ਨਾ। ਲਓ ਜੀ ਕਮਰੇ ਦੇ ਵਿੱਚ ਪਹੁੰਚ ਚੁੱਕੇ ਆ। ਕਮਰਾ ਲਿਆ ਸੀ ਬਿਕੋਜ਼ ਫੁੱਲ ਮਨੇ ਫਲੈਟ ਰੂਮ ਲੈ ਲਿਆ। ਕਮਰੇ ਨੂੰ ਰੂਮ ਕਹਿੰਦੇ ਆ, ਸੁਣ ਲਓ ਨਾਲੇ। ਆਹੋ ਸੁਣ ਲਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾਂ। 10 ਵਾਰੀ ਕਵਾਂਗੇ ਅਸੀਂ ਘੰਟੇ ਦੇ, ਜਿੰਨੇ ਜਦੋਂ ਸਾਡੇ ਤੱਕ ਸਬਸਕ੍ਰਾਈਬਰ 1000 ਨਹੀਂ ਪੂਰਾ ਹੁੰਦਾ ਉਦੋਂ ਤੱਕ ਕਹੀ ਜਾਵਾਂਗੇ, ਜਿੰਨੇ ਤੱਕ ਮੋਨੇਟਾਈਜੇਸ਼ਨ ਨਹੀਂ ਹੁੰਦੀ ਚੈਨਲ ਦੀ। ਹਾਂਜੀ, 2 ਘੰਟੇ ਆਰਾਮ ਕਰਨ ਤੋਂ ਬਾਅਦ ਅਤੇ ਹੁਣ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂਗੇ ਅਤੇ ਸਾਡੇ ਨਾਲ ਨਾਲ ਤੁਸੀਂ ਵੀ ਦਰਸ਼ਨ ਕਰਿਓ। ਫੋਲਡਿੰਗ ਹੈਂਡਸ ਵਾਲੇ ਇਮੋਜੀ ਕਮੈਂਟ ਕਰਨਾ ਨਾ ਭੁੱਲਿਓ, ਕਮੈਂਟਾਂ ਦੇ ਵਿੱਚ ਫੋਲਡਿੰਗ ਹੈਂਡਸ ਵਾਲੇ ਇਮੋਜੀ ਤੁਸੀਂ ਭੇਜ ਸਕਦੇ ਹੋ। ਗਰਮ ਗੁਫਾ ਦਾ ਰਸਤਾ, ਛੋਟੇ ਛੋਟੇ ਦਰਵਾਜ਼ੇ ਆ ਨਿੱਕੇ ਨਿੱਕੇ, ਕਹਿੰਦੇ ਇੱਥੇ ਆਹ ਥੱਲੋਂ ਬਹੁਤ ਗਰਮ ਆ, ਇੱਥੋਂ ਫਰਸ਼ ਜਿਹੜਾ ਆਹ ਦੇਖੋ ਬਹੁਤ ਜ਼ਿਆਦਾ ਗਰਮ ਆ, ਪੱਥਰ ਨੂੰ ਦੇਖ ਲਾ ਕੇ ਹੱਥ ਲਾ ਕੇ ਦੇਖਦੇ ਆ, ਪੈਰ ਮੱਚਦੇ ਆ ਇੱਥੋਂ। ਇੱਥੇ ਜਦੋਂ ਖੜਦੇ ਨਾ ਆਪਾਂ ਪੈਰ ਮੱਚਦੇ ਆ ਫਰਸ਼ ਦੇ ਅੰਦਰ। ਇਹਦੇ ਜਿਹੜਾ ਉੱਧਰ ਪਾਣੀ ਉੱਬਲਦਾ ਇਹਦੇ ਕਰਕੇ, ਇਹਨਾਂ ਕਰਕੇ ਉੱਬਲਦਾ ਵਾ, ਜੋ ਪੱਥਰ ਗਰਮ ਹੁੰਦਾ। ਫਲੈਸ਼ ਲਾ ਲਓ ਇੱਕ ਜਾਣਾ। ਇਹ ਪੱਥਰ ਨਾ ਗਰਮ ਬਹੁਤ ਹੈ, ਇਹ ਦੀਵਾਰੋਂ ਪਰ ਨਾਮ ਲਿਖ ਕਰ ਆਪਣੀ ਯਾਤਰਾ ਖਰਾਬ ਨਾ ਕਰੇ।
चलो चलो फिर निकल नहीं आप उधर ही जाते हैं लो जी मीह पैन लग गया अस शिव मंदिर के अगे खड़े हैं ते हले जाना सी शिव मंदिर के अंदर जद नू मीह पैन लग गया दसा मिनटा के अंदर अंदर मौसम खराब हो गया देखो बड़ा भिखारी दर तेरे दा होर आस ना कोई जी तेरे दर तो बिना भाई बारिश बहुत हो रही है ध्यान नाल जाए बड़ा देखो दसा मिनटा दे विच विच मौसम चेंज हो गया जमी इतने आ पानी उबल रहा इतो कड़े रखे इतने सारा लंगर जड़ा वा गुरुद्वारे सारा लंगर बनता आ शिवजी की मूर्ति इधर शिवजी की मूर्ति के अगे बन चले भी करते जिन्ने दिन मर्जी रहो जेड़ा भी आना चाहुंदा फ्री कमरे फ्री मिलदे आ ते जीरो कॉस्ट कोई भी थोड़ा पैसा नहीं लिया जाऊगा इत्थे9 बजे पहुंच सकते ਜੇ ਸੜਕ ਨਾ ਟੁੱਟੀ ਹੁੰਦੀ ਸਾਫ਼ ਹੁੰਦੀ ਕਿਉਂਕਿ ਟਨ ਇੱਕ ਸਰਕਾਰ ਦਾ ਮੈਂ ਬਹੁਤ ਦਿਲੋਂ ਧੰਨਵਾਦ ਦਿਆਂ ਕਿ ਜਿਹੜੀ ਟਨਲ ਆਉਂਦੀ ਆ ਉਹ ਤੋਂ ਪਹਿਲਾਂ ਤੁਸੀਂ ਮੂੰਹ ਸਿਰ ਬੰਨ ਕੇ ਨਹੀਂ ਤੁਹਾਡਾ ਮੇਕਅਪ ਹੋ ਜਾਣਾ ਤੁਹਾਨੂੰ ਜਦੋਂ ਦੂਜੇ ਪਾਸੇ ਬਾਹਰ ਨਿਕਲੋਗੇ ਪਤਾ ਨੀ ਲੱਗਣਾ ਵੀ ਕੌਣ ਭਾਲੂ ਵਿੱਚ ਫੋਨ ਆ ਜਾਂਦਾ ਡਿਕਲੀਨ ਕਰਨ ਇੱਕ ਮਿੰਟ ਫੋਨ ਸੁਣ ਲਈਏ ਫੇਰ ਤੁਹਾਡੇ ਨਾਲ ਕਰਦੇ ਗੱਲ ਲੋ ਵੀ 8:30 ਵੱਜ ਚੁੱਕੇ ਨੇ ਤੇ ਲੰਗਰ ਛਕਣ ਦੀ ਤਿਆਰੀ ਆ ਹੁਣ ਤੇ ਦਿਨ ਦੇ ਵਿੱਚ 4-5 ਵਾਰੀ ਜਾਣਾ ਪੈਂਦਾ ਲੰਗਰ ਛਕਣ ਦੋ ਤਿੰਨ ਸਾਡੇ ਬੰਦੇ ਹੈਗੇ ਏਦਾਂ ਭਲਵਾਨ ਖੜੇ ਆ ਇਹਨਾਂ ਕਰਕੇ ਜਾਣਾ ਪੈਂਦਾ ਮੈਂ ਬਾਕੀ ਆ ਸਕਦੇ ਹੋ ਇੱਥੇ ਕੋਈ ਖਰਚਾ ਹੈ ਨੀ ਗਾ ਕੋਈ ਖਾਣ ਪੀਣ ਦਾ ਕੋਈ ਖਰਚਾ ਨੀ ਫ੍ਰੀ ਦੇ ਕਮਰੇ ਆ ਵਧੀਆ ਆਰਾਮ ਨਾਲ ਆਓ ਇੰਜੋਏ ਕਰੋ ਤੇ ਬਾਅਦ ਐਂਡ ਤੇ ਤੁਹਾਨੂੰ ਬਜਟ ਦੱਸਾਂਗੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਆ ਕੇ ਦੇਖਿਓ ਜਿਹੜੇ ਕਹਿੰਦੇ ਆ ਵੀ ਥੋੜਾ ਡਰ ਲੱਗਦਾ ਪਹਿਲਾਂ ਚਲਾਉਣ ਲੱਗੇ ਮੋਟਰਸਾਈਕਲ ਜਦੋਂ ਪਤਾ ਲੱਗ ਜਾਂਦਾ ਵੀ ਹਾਂ ਥੋੜਾ ਗੱਡੀ ਤੋਂ ਬਹੁਤ ਜ਼ਿਆਦਾ ਵਧੀਆ ਸਫ਼ਰ ਮੋਟਰਸਾਈਕਲ ਦਾ ਸਾਨੂੰ ਲੱਗਿਆ ਮੋਟਰਸਾਈਕਲ ਦਾ ਪਹਿਲੀ ਵਾਰ ਅਸੀਂ ਗੱਡੀ ਤੇ ਆਏ ਸੀ ਪਰ ਐਤਕੀ ਉਹ ਮੋਟਰਸਾਈਕਲ ਦੇ ਆਏ ਪੂਰਾ ਐਂਡ ਇੰਜੋਏ ਕੀਤਾ ਉਹ ਪਿਛਲੀ ਵਾਰੀ ਗੱਡੀ ਦੇ ਸਾਨੂੰ ਪਿਛਲੇ ਬੰਦੇ ਨੂੰ ਤਾਂ ਬੋਰਨਟ ਦਿਖੀ ਆ ਉੱਤੇ ਪਹਾੜ ਦਿਖਦੇ ਨੀ ਹੁਣ ਮੋਟਰਸਾਈਕਲ ਤੇ ਆਏ ਉੱਪਰ ਖਾਲੀ ਹੁੰਦਾ ਸਾਰਾ ਉੱਪਰ ਜਿੰਨਾ ਮਰਜ਼ੀ ਉੱਪਰ ਦੇਖੋ
ਪਹਾੜ ਉੱਪਰ ਉੱਪਰ ਤੱਕ ਬੱਦਲਾਂ ਤੱਕ ਲੱਗੇ ਪਏ ਹੁੰਦੇ ਆ। ਕਮਰੇ ਦੇ ਬਾਹਰ ਦਾ ਵਿਊ ਦਿਖਾਉਂਦੇ ਆ, ਬਹੁਤ ਘੈਂਟ ਆ ਦੇਖੋ ਮਾੜਾ। ਕਮਰਾ ਕਮਰਾ ਵਾ ਤੇ ਉਹ ਗੁਰਦੁਆਰਾ ਸਾਹਿਬ ਸਾਹਮਣੇ ਤੇ ਆਹ ਗਰਮ ਪਾਣੀ ਦਾ ਜਿਹੜਾ ਸਰੋਵਰ ਆ, ਪਾਪਾਂ ਨਿਕਲ ਰਹੀਆਂ ਦੇਖੋ, ਤੇ ਬਾਰਿਸ਼ ਹੋ ਰਹੀ ਆ ਪੂਰੀ, ਪੈਪ ਲੱਗੀ ਹੋਈ ਆ ਦੇਖੋ, ਦਿੰਦੀ ਆ ਪੈਪ ਜਿਹੜਾ ਤੁਹਾਨੂੰ ਗਰਮ ਪਾਣੀ ਦਾ ਉੱਧਰ ਲੰਗਰ ਤਿਆਰ ਹੁੰਦਾ ਜੀ ਜਿੱਥੋਂ, ਉਹ ਹਲੇ ਭਾਫਾਂ ਨਿਕਲ ਰਹੀਆਂ ਉੱਥੋਂ ਪਾਣੀ ਇਹ ਪੈਪ ਰਾਹੀਂ ਆਉਂਦਾ ਤੇ ਇੱਧਰ ਸਰੋਵਰ ਦੇ ਵਿੱਚ ਪਾਣੀ ਡਿੱਗਦਾ ਵਾ ਗਰਮ ਪਾਣੀ ਦਾ, ਤੇ ਵਿੱਚ ਨਹਾਉਂਦੇ ਆਪਾਂ ਤੇ ਪੂਰੀ ਥਕਾਵਟ ਲੈ ਜਾਂਦੀ ਆ ਸਾਰੀ ਸਫ਼ਰ ਦੀ, ਪੂਰਾ ਗਰਮ ਪਾਣੀ ਆ। ਇਹ ਪਹਿਲਾਂ ਤੋਂ ਤੁਸੀਂ ਬਾਹਰ ਬਹਿ ਕੇ ਕੱਪ ਪਾਓ, ਥੋੜ੍ਹੇ ਦੋ ਤਿੰਨ ਕੱਪ ਪਾਓ, ਪਿੰਡਾ ਗਰਮ ਕਰੋ ਤੇ ਫਿਰ ਤੁਸੀਂ ਵਿੱਚ ਜਿਵੇਂ ਮਰਜ਼ੀ ਤੈਰ ਸਕਦੇ ਹੋ। ਸਰੋਵਰ ਬਾਹਲਾ ਡੂੰਘਾ ਨਹੀਂ ਹੈਗਾ, ਬਸ 5 ਫੁੱਟ ਦੇ ਡੂੰਘਾ ਹੀ ਆ। ਪਾਰਵਤੀ ਰਿਵਰ ਆ ਉਹ ਦੇਖੋ ਇਹਦਾ ਪਾਣੀ ਦਾ। 6.5 hours later ਇਹ ਤਾਂ ਸਾਲੇ ਕਿੱਦਾਂ ਪਏ ਹੋ ਆ, ਇਹ ਤਾਂ ਕਮੇਟੀ ਵਾਲਿਆਂ ਕੁੱਤੇ ਮਾਰ ਕੇ ਸਿੱਟੇ ਹੁੰਦੇ ਆ, ਸਾਲੇ ਉਹ ਹੈਗੇ ਆ ਕਿ ਮਰ ਗਏ ਆ। 2000 years later ਲਓ ਜੀ ਸਵੇਰ ਦੇ 9 ਵੱਜ ਚੁੱਕੇ ਆ ਤੇ ਹੁਣ ਸਾਰੇ ਤਿਆਰ ਹੋ ਗਏ ਆ, ਬੈਗ ਪੈਕ ਕਰ ਲਿਆ, ਹੁਣ ਕਸੌਲ ਟਰੈਕਿੰਗ ਲਈ ਨਿਕਲਦੇ ਆ। ਇੱਥੋਂ 5 ਕਿਲੋਮੀਟਰ ਪਿੱਛੇ ਆ ਮਣੀਕਰਨ ਸਾਹਿਬ ਤੋਂ, ਆਹ ਕਮਰੇ ਦੇ ਵਿੱਚ ਸੀਗੇ, 430 ਨੰਬਰ ਕਮਰਾ, ਲੌਕ ਲਾਤਾ ਇੱਥੇ ਅੱਜ ਬਸ, ਤੇ ਇੱਥੋਂ ਹੁਣ ਨਿਕਲਦੇ ਆ। ਤੇ ਅੱਜ ਕੱਲ੍ਹ ਮੀਂਹ ਪੈਣ ਲੱਗ ਗਿਆ 10 ਮਿੰਟ ਦੇ ਵਿੱਚ, ਮੌਸਮ ਬਹੁਤ ਖਰਾਬ ਹੋ ਗਿਆ ਜੀ 10 ਮਿੰਟ ਵਿੱਚ, ਤੇ ਹੁਣ ਦੇਖੋ ਧੁੱਪ ਨਿਕਲੀ ਪਈ ਆ ਪੂਰੀ, ਹੁਣ ਪੂਰਾ ਸਾਫ਼ ਮੌਸਮ ਆ ਨਜ਼ਾਰੇ ਹੋਏ ਹੋਏ, ਦੇਖੋ ਵਿਊ ਦੇਖੋ ਤੁਸੀਂ। ਦੇਖੋ ਜੀ ਨਜ਼ਾਰਾ ਫਿਰ ਉੱਪਰ, ਕੈਮਰੇ ਵਿੱਚ ਤਾਂ ਸੂਟ ਹੀ ਲੱਗਦਾ ਪਰ ਦੇਖਣ ਨੂੰ ਵੱਡੇ ਨੇ। ਹਲੋ ਜੀ ਇੱਥੇ ਪਹੁੰਚ ਗਿਆ ਟਰੈਕਿੰਗ ਕਰਨ, ਇੱਥੋਂ ਤੁਹਾਨੂੰ ਜਦੋਂ ਆਪਾਂ ਜਾਂਦੇ ਹਾਂ ਮਣੀਕਰਨ ਸਾਹਿਬ ਨੂੰ, ਆ ਇੱਧਰ ਦੀ ਨਾ ਆਈ ਲਵ ਚਲੋ ਕਸੌਲ, ਇੱਥੋਂ ਟਰੈਕਿੰਗ ਸਟਾਰਟ ਹੁੰਦੀ ਆ। ਸਾਨੂੰ ਵੀ ਨਹੀਂ ਪਤਾ ਲੱਗਿਆ ਜੀ, ਪਹਿਲਾਂ ਇੱਥੋਂ ਪੁੱਛ ਕੇ ਪਤਾ ਲੱਗਿਆ ਵੀ ਇੱਥੋਂ ਸਟਾਰਟ ਹੁੰਦੀ ਆ। ਆਹ ਦੇਖੋ ਆਹ ਤੁਹਾਨੂੰ ਸੜਕ ਤੋਂ ਹੀ ਦੇਖ ਜਾਣਾ ਲੱਗਿਆ ਹੋਇਆ ਬੋਰਡ, ਆਈ ਲਵ ਇੱਥੋਂ ਸਟਾਰਟ ਹੁੰਦੀ ਆ ਟਰੈਕਿੰਗ। ਆਪਣਾ ਸਾਥੀ ਆ ਨਾਲ, ਇਹ ਨਾਲ ਹੀ ਰਹੂ ਆਪਣੇ, ਹਲਾ ਵਾਲਾ ਦਿੱਤਾ ਤੁਸੀਂ। ਹਲੇ ਅੱਧਾ ਕਿਲੋਮੀਟਰ ਰਹਿ ਗਿਆ ਨਾ, ਅੱਗੇ ਫਿਰ ਬੈਗ ਬੂਗ ਰੱਖਾਂਗੇ ਉੱਥੇ, ਫਿਰ ਚੱਲਦੇ ਆ, ਫਿਰ ਪੂਰੀ ਵਧੀਆ ਕਰਾਂਗੇ। ਹਾਂਜੀ ਟਰੈਕਿੰਗ ਕਰਦੇ ਪਏ ਆ ਕਸੌਲ ਦੇ ਵਿੱਚ, ਜੇ ਤੁਸੀਂ ਵੀ ਆਉਣਾ ਮਣੀਕਰਨ ਸਾਹਿਬ ਤਾਂ ਟਰੈਕਿੰਗ ਜ਼ਰੂਰ ਕਰਕੇ ਜਾਇਓ, ਬਹੁਤ ਵਧੀਆ ਵਧੀਆ ਵਿਊਜ਼ ਮਿਲਦੇ ਇੱਥੇ। ਨਜ਼ਾਰਾ ਦੱਸੋ ਫਿਰ
ਫੋਟੋਆਂ ਫੋਟੋਆਂ ਬਹੁਤ ਵਧੀਆ ਖਿੱਚੀਆਂ ਜਾਂਦੀਆਂ ਤੇ ਹੁਣ ਅਸੀਂ ਵਾਪਸ ਚੱਲੇ ਆ ਇੱਥੋਂ ਨਿਕਲਾਂਗੇ 12 ਵਜੇ 12 ਵਜੇ ਦਾ ਟਾਈਮ ਹੋਇਆ ਜਿਆਦਾ ਦਿਲ ਕਰਦਾ ਤਾਂ ਇਹਦਾ ਵੱਧ ਟਾਈਮ ਕਰੋ ਅਰਜੈਂਟ ਕਰਕੇ ਜਾਣਾ ਪੈ ਰਿਹਾ ਵਾ ਬੰਦੇ ਸਾਡੇ ਨਾਲ ਹੈਗੇ ਆ ਸਰਕਾਰੀ ਤੇ ਇਸ ਕਰਕੇ ਜਾਣਾ ਪੈ ਰਿਹਾ। ਲਓ ਜੀ, ਇਹ ਸੀ ਸਾਡਾ ਪਹਿਲਾ ਟਰੈਵਲ ਵਲੌਗ ਤੇ ਲਾਈਕ ਕਮੈਂਟ ਕਰਕੇ ਥੱਲੇ ਜ਼ਰੂਰ ਦੱਸਿਓ ਕਿੱਦਾਂ ਦਾ ਲੱਗਿਆ। ਜੇ ਨਹੀਂ ਵੀ ਵਧੀਆ ਲੱਗਿਆ ਤਾਂ ਡਿਸਲਾਈਕ ਵੀ ਕਰ ਸਕਦੇ ਹੋ, ਕੋਈ ਚੱਕਰ ਨਹੀਂ। ਰਹੀ ਗੱਲ ਬਜਟ ਦੀ, ਅਸੀਂ 3 ਮੋਟਰਸਾਈਕਲ ਲੈ ਕੇ ਗਏ ਸੀਗੇ, 2 CT 100 ਸੀ ਅਤੇ 1 ਸੀਗਾ ਸਪਲੈਂਡਰ, ਅਤੇ ਅਸੀਂ 25,000 ਦਾ ਬਜਟ ਦਾ ਐਸਟੀਮੇਟ ਲਾਇਆ ਸੀਗਾ ਅਤੇ CT 100 ਨੇ ਦੋਨਾਂ ਨੇ ਖਾਧਾ 1500-1500 ਦਾ ਪੈਟਰੋਲ ਆਉਣ ਜਾਣ ਦਾ, ਅਤੇ ਸਪਲੈਂਡਰ ਨੇ 2000 ਦਾ ਪੈਟਰੋਲ ਖਾਧਾ ਅਤੇ ਪੂਰਾ 5000 ਰੁਪਏ ਦਾ ਪੈਟਰੋਲ ਲੱਗਿਆ। ਅਤੇ ਮੈਨੂੰ ਲੱਗਦਾ ਇੰਨਾ ਕਿ ਗੱਡੀ 'ਤੇ ਲੱਗਣਾ ਸੀਗਾ, ਅਸੀਂ ਤੁਹਾਨੂੰ ਦੱਸ ਹੀ ਦਿੱਤਾ ਵੀ ਗੱਡੀ 'ਤੇ ਅਸੀਂ ਕਿਉਂ ਨਹੀਂ ਗਏ ਹੈਗੇ। ਅਤੇ ਬਾਕੀ ਖਰਚਾ ਤੁਹਾਡਾ ਆਪਦਾ ਵਾ, ਖਰਚਣ ਨੂੰ ਤੁਸੀਂ 1,00,000 ਰੁਪਇਆ ਵੀ ਖਰਚ ਸਕਦੇ ਹੋ, ਕਸੌਲ 'ਚ ਮੈਨੂੰ ਲੱਗਦਾ 1,00,000 ਰੁਪਇਆ ਵੀ ਬਹੁਤ ਘੱਟ ਆ। ਅਤੇ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ। ਧੰਨਵਾਦ।